ਖਣ ਕੇ ਪੋਸਤਾ ਦਿਲ ਦੋਸਤਾ ਤੇਰਾ ਜੁਗ ਜੁਗ ਜੀਵੇ ਬੂਟਾ ਅੱਛਾ ਜੀ ਤਾਂ ਇਸ ਤਰ੍ਹਾਂ ਉਹ ਉਹਨੂੰ ਸਲਾਉਂਦੇ ਐ ਜੀ 100 100 ਰੁਪਏ ਦੀ ਤੂੰ ਗੱਲ ਸੁਣਾਵੇਂ ਤੇ ਹਜ਼ਾਰ ਹਜ਼ਾਰ ਦਾ ਝੂਟਾ ਹੈ ਸ਼ਰਾਬ ਦੇ ਨਾਲ ਪਤਾ ਨਹੀਂ ਕਿੰਨੀਆਂ ਕਿਦੀਆਂ ਜ਼ਮੀਨਾਂ ਵੇਚੀਆਂ ਬਿਲਕੁਲ ਸ਼ਰਾਬ ਪੀਣ ਦੇ ਨਾਲ ਪਤਾ ਨਹੀਂ ਕਿੰਨੀਆਂ ਪਤਨੀਆਂ ਨੇ ਤਲਾਕ ਦੇਤੇ ਬਿਲਕੁਲ ਜੀ ਸ਼ਰਾਬ ਪੀ ਕੇ ਕਈਆਂ ਨੇ ਖੁਦਕੁਸ਼ੀ ਕੀਤੀ ਦਵਾਈ ਉਹਦੇ ਬਾਅਦ ਚ ਪੀਤੀ ਪਹਿਲਾਂ ਸ਼ਰਾਬ ਪੀਤੀ ਹੈ ਅੱਛਾ ਜੀ ਖੈ ਵੀ ਜੇ ਮੈਂ ਕਹਦਾ ਦਰਸ਼ਨ ਨਹੀਂ ਹੋਏ ਤਾਂ ਵਜ਼ੀਰ ਮੇਰਾ ਹੈਗਾ ਸਾਰੀ ਉਮਰ ਮਤਲਬ ਮੈਂ ਇਹਦੇ ਕੋਲੇ ਰਹਿਣਾ ਹੈ ਜੀ ਇਹਦੇ ਦਿਮਾਗ ਚ ਜਾਊ ਕਿ ਵੀ ਰਾਜਾ ਦਾ ਪਿਓ ਦਾ ਪੋਤੀ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਅ ਬਾਈ ਜੀ ਬੜੇ ਦਿਨ ਹੋ ਗਏ ਆਪਾਂ ਗੱਪਾਂ ਦੀ ਡਿਮਾਂਡ ਵੀ ਪੂਰੀ ਕਰਤੀ ਈ ਹਾਂਜੀ ਹਾਂਜੀ ਤੇ ਹੱਸੇਮਖੋਲਣ ਵਾਲੀ ਡਿਮਾਂਡ ਵੀ ਪੂਰੀ ਹੋ ਗਈ ਆ ਹਾਂਜੀ ਹਾਂਜੀ ਅੱਜ ਮੈਂ ਸੋਚਦਾ ਵੀ ਆਪਣੇ ਦਿਲੋਂ ਕੋਈ ਤੁਸੀਂ ਕਹਾਣੀ ਸੁਣਾਓ ਵੀ ਜਿਹਦੇ ਚ ਆਪਾਂ ਸਿੱਖਿਆ ਵੀ ਦੇ ਸਕੀਏ ਠੀਕ ਕਿਉਂਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ ਕਿਸੇ ਦਾ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ ਹਾਂਜੀ ਹਾਂਜੀ ਤੇ ਲੋਕੀ ਜਿਵੇਂ ਮਤਲਬ ਮਾੜੀਆਂ ਚੀਜ਼ਾਂ ਵੱਲ ਜ਼ਿਆਦਾ ਭੱਜਦੇ ਆ ਠੀਕ ਕਈ ਵਾਰ ਤਾਂ ਬੰਦੇ ਐਵੇਂ ਦੇ ਵੀ ਹੋ ਜਾਂਦੇ ਨੇ ਜਿਹੜੇ ਮਤਲਬ ਉੱਥੇ ਗਏ ਵੀ ਨਹੀਂ ਹੁੰਦੇ ਉਹਦੀ ਕੋਈ ਨਿੰਦਿਆ ਕਰੀ ਜਾਂਦਾ ਕੋਈ ਸਲਾਹਤਾ ਕਰੀ ਜਾਂਦਾ ਹਾਂਜੀ ਹਾਂਜੀ ਸੋ ਇਸ ਤਰੀਕੇ ਦੀ ਕੋਈ ਨਾ ਕੋਈ ਆਪਣੇ ਵੱਲੋਂ ਕਹਾਣੀ ਦੱਸੋ ਹੀ ਅੱਜ ਆਪਣੇ ਦਰਸ਼ਕਾਂ ਨੂੰ ਦੇਖੋ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਐ ਵੀ ਕਈ ਵਾਰੀ ਕਿਸੇ ਗੱਲ ਦੀ ਸਲਾਹਤਾ ਐਵੇਂ ਕੀਤੀ ਜਾਂਦੀ ਐ ਉਹ ਇਸ ਤਰ੍ਹਾਂ ਹੋ ਜਾਂਦੀ ਵੀ ਜਿਵੇਂ ਪੋਸਤ ਦਿਲ ਲਓ ਬਹੁਤ ਮਾੜਾ ਨਸ਼ਾ ਜੀ ਤੇ ਜਿਹੜੇ ਖਾਂਦੇ ਪੀਂਦੇ ਆਖਣਗੇ ਪੋਸਤਾ ਦਿਲ ਦੋਸਤਾ ਤੇਰਾ ਜੁਗ ਜੁਗ ਜੀਵੇ ਬੂਟਾ ਅੱਛਾ ਜੀ ਤਾਂ ਇਸ ਤਰ੍ਹਾਂ ਉਹ ਉਹਨੂੰ ਸਲਾਉਂਦੇ ਐ ਜੀ 100 100 ਰੁਪਏ ਦੀ ਤੂੰ ਗੱਲ ਸੁਣਾਵੇਂ ਤੇ ਹੇ ਯਾਰ ਹਜ਼ਾਰ ਦਾ ਝੂਟਾ ਹੈ ਜੀ ਹਾਂ ਜੀ ਤਾਂ ਹੁਣ ਜੇ ਕੋਈ ਬੀੜੀ ਬਹੁਤ ਮਾੜੀ ਚੀਜ਼ ਹੈ ਕੈਂਸਰ ਵਰਗੇ ਰੋਗ ਹੈ ਜਿਹੜੇ ਜਰ ਦੇ ਨਾਲ ਲੱਗਦੇ ਆ ਜੀ ਤੇ ਪਰ ਜੇ ਉਹਨਾਂ ਦੇ ਮੂੰਹੋਂ ਸੁਣੀਏ ਤਾਂ ਪਤਾ ਕੀ ਕਹਿੰਦੇ ਆ ਹਾਂ ਜੀ ਉਹ ਕਹਿੰਦੇ ਆ ਜਿਹੜਾ ਲਾਉ ਜਰਦਾ ਅਖੇ ਉਹ 100 ਸਾਲ ਨਹੀਂ ਮਰਦਾ ਹਾਂ ਜੀ ਤੇ ਜਿਹੜਾ ਪਿਉ ਬੀੜੀ ਨਾ ਸੱਪ ਲੜੇ ਨਾ ਕੀੜੀ ਜਿਹੜਾ ਪੀਉ ਸ਼ਰਾਬ ਉਹ ਕਦੇ ਨਾ ਹੋਊ ਖਰਾਬ। ਕੀ ਬਾਤ ਹੈ। ਇਹ ਗੱਲਾਂ ਬਾਤਾਂ ਵੈਸੇ ਹਾਂਜੀ ਬਹੁਤ ਗਲਤ ਐ ਸਹੀ ਨਹੀਂ ਗੀਆਂ ਇਹ। ਨਹੀਂ ਸੀ। ਮੇਰੇ ਦੇਖਣ ਦੇ ਵਿੱਚ ਜੀ ਜੇ ਮੈਂ ਆਪਣੇ ਕੋਈ ਪਿੰਡ ਦੀਆਂ ਵੀ ਆਪਾਂ ਗੱਲਾਂ ਕਰੀਏ ਜੋ ਮੇਰੀਆਂ ਅੱਖੀ ਦੇਖੀਆਂ। ਹਾਂਜੀ ਸ਼ਰਾਬ ਦੇ ਨਾਲ ਪਤਾ ਨਹੀਂ ਕਿੰਨੀਆਂ ਕਿੰਨੀਆਂ ਜ਼ਮੀਨਾਂ ਵੇਗੀਆਂ। ਬਿਲਕੁਲ। ਸ਼ਰਾਬ ਪੀਣ ਦੇ ਨਾਲ ਪਤਾ ਨਹੀਂ ਕਿੰਨੀਆਂ ਪਤਨੀਆਂ ਨੇ ਤਲਾਕ ਦੇਤੇ। ਬਿਲਕੁਲ। ਸ਼ਰਾਬ ਪੀ ਕੇ ਕਈਆਂ ਨੇ ਖੁਦਕੁਸ਼ੀ ਕੀਤੀ ਦਵਾਈ ਉਹਦੇ ਬਾਅਦ ਚ ਪੀਤੀ ਪਹਿਲਾਂ ਸ਼ਰਾਬ ਪੀਤੀ ਹੈ। ਅੱਛਾ ਜੀ। ਸ਼ਰਾਬ ਪੀਣ ਵਾਲਿਆਂ ਨੇ ਬੱਚਿਆਂ ਦੇ ਆਪਣੇ ਭਵਿੱਖ ਜਿਹੜੇ ਸੀਗੇ ਆਉਣ ਵਾਲੇ ਸਮੇਂ ਖਰਾਬ ਕਰ ਲੇ। ਖਰਾਬ ਕਰ ਲੇ। ਤਾਂ ਠੀਕ ਹੈ ਇਹਨਾਂ ਚੀਜ਼ਾਂ ਨੂੰ ਸਲਾਇਆ ਜਾਂਦਾ ਹੈ। ਵੈਸੇ ਸਲਾਉਣ ਯੋਗ ਨਹੀਂ ਇਹ। ਜੀ। ਨਸ਼ੇ ਹੈ। ਇਸੇ ਤਰ੍ਹਾਂ ਮਤਲਬ ਇੱਕ ਚਾਰ ਲੜਕੀਆਂ ਸੀਗੀਆਂ। ਉਹਨਾਂ ਨੇ ਵੀ ਇਸ ਚੀਜ਼ ਨੂੰ ਸਲਾਇਆ ਹੈ। ਅੱਛਾ ਜੀ। ਪਰ ਉਹਨਾਂ ਨੇ ਵਰਤਿਆ ਵੀ ਨਹੀਂ ਗਾ। ਕੀ ਬਾਤ। ਹਾਂ। ਉਹ ਇੱਕ ਇਸ ਤਰ੍ਹਾਂ ਸੀ ਵੀ ਚਾਰ ਲੜਕੀਆਂ ਸੀਗੀਆਂ ਤੇ ਉਹ ਸੀਗੀਆਂ ਚਾਰੇ ਸਹੇਲੀਆਂ ਠੀਕ ਹੈ ਜੀ ਤੇ ਰਾਤ ਨੂੰ ਉਦੋਂ ਕੁੜੀਆਂ ਚਾਦਰ ਜਿਵੇਂ ਕੱਢਣੇ ਸਰਾਣੇ ਕੱਢਣੇ ਝੋਲੇ ਕੱਢਣੇ ਸੂਈ ਦੇ ਨਾਲ ਕਢਾਈਆਂ ਕਰਦੀਆਂ ਹੁੰਦੀਆਂ ਸੀ ਤੇ ਜਣੀ ਇੱਕ ਘਰੇ ਬਹਿ ਜਾਂਦੀਆਂ ਸੀਗੀਆਂ ਅੱਛਾ ਜੀ ਤੇ ਉੱਥੇ ਫਿਰ ਉਹ ਦੀਵੇ ਲੈਂਪ ਦੇ ਚਾਨਣ ਦੇ ਵਿੱਚ ਰਾਤ ਨੂੰ ਘੰਟਾ ਆਪ ਦਾ ਲਾਉਂਦੀਆਂ ਸੀ ਹਾਂਜੀ ਤਾਂ ਰਾਜੇ ਹੀ ਜਿਹੜੇ ਉਸ ਸਮੇਂ ਦੇ ਵਿੱਚ ਭਾਖਾ ਲੈਣਦੇ ਹੁੰਦੇ ਸੀ ਮਤਲਬ ਕਿ ਕਿਸੇ ਦੀ ਹੋਲੇ ਹੋ ਕੇ ਗੱਲ ਸੁਣ ਓਲੇ ਹੋ ਕੇ ਗੱਲ ਸੁਣਦੇ ਹੁੰਦੇ ਸੀ ਵੀ ਕੋਈ ਬੰਦਾ ਜੇ ਕੋਈ ਕਹਿ ਰਿਹਾ ਵੀ ਮੇਰੇ ਦਾ ਯਾਰ ਕਣਕ ਮੁੱਕੀ ਪਈ ਆ ਤੇ ਗਰੀਬੀ ਆ ਦਿਹਾੜੀ ਮੇਰੇ ਲੱਗੀ ਨਹੀਂ ਹਾਂਜੀ ਤਾਂ ਰਾਜੇ ਮਤਲਬ ਹੰਦਰਦੀ ਤੌਰ ਤੇ ਉਹਨਾਂ ਨੂੰ ਫਿਰ ਕਣਕ-ਕੁਣਕ 20 ਕਿਲੋ 30 ਕਿਲੋ ਦੇ ਆਉਂਦੇ ਹੁੰਦੇ ਸੀ ਠੀਕ ਹੈ ਜੀ ਯਾਨੀ ਪਬਲਿਕ ਦੇ ਦੁੱਖ ਹੀ ਸੁਣਨੇ ਹੁੰਦੇ ਸੀ ਲੋਕ ਜਿਹੜੇ ਚੰਗੇ ਰਾਜੇ ਸੀ ਨਾ ਉਹ ਪਾਕਿਆ ਲੈਂਦੇ ਹੁੰਦੇ ਸੀ ਤਾਂ ਇੱਕ ਦਿਨ ਕਿਤੇ ਰਾਜਾ ਪੇਸ ਵਟਾ ਕੇ ਰਾਤ ਨੂੰ ਨਿਕਲਿਆ ਤੇ ਉਹ ਚਾਰ ਲੜਕੀਆਂ ਸੀ ਜਿਹੜੀਆਂ ਹਾਂਜੀ ਆਪਣੇ ਕੋਈ ਚਾਦਰ ਸਰਾਣੇ ਕੱਢਦੀਆਂ ਸੀ ਤਾਂ ਕੱਚੇ ਕਮਰੇ ਹੁੰਦੇ ਸੀ ਉਹਨਾਂ ਦੇ ਵਿੱਚ ਹਵਾ ਲੱਗਣ ਵਾਸਤੇ ਮੋਰੀਆਂ ਵੀ ਰੱਖੀਆਂ ਹੁੰਦੀਆਂ ਸੀ ਜੀ ਜੀ ਤੇ ਰਾਜਾ ਉਹ ਜਦੋਂ ਵੇਖਿਆ ਵੀ ਦੀਵਾ ਜਗਈ ਜਾਂਦਾ ਤੇ ਉਹ ਮੋਰੀ ਦੇ ਨਾਲ ਕੰਨ ਜਾਂ ਲਾ ਕੇ ਤੇ ਖੜ ਗਿਆ ਉੱਥੇ ਅੱਛਾ ਜੀ ਉੱਥੇ ਇੱਕ ਲੜਕੀ ਕਹਿੰਦੀ ਜਿੰਨਾ ਸਵਾਦ ਸ਼ਰਾਬ ਪੀਣ ਦੇ ਵਿੱਚ ਆਉਂਦਾ ਨਾ ਅਖੇ ਅੱਛਾ ਜੀ ਮੈਨੂੰ ਲੱਗਦਾ ਇਹਨਾਂ ਸਵਾਦ ਹੋਰ ਕਾਹੇ 'ਚ ਨਹੀਂ ਆਉਂਦਾ ਹਣਾ ਹੂੰ ਦੂਜੀ ਕਹਿੰਦੀ ਨਹੀਂ ਅਖੇ ਜਿੰਨਾ ਮਾਸ ਖਾਣ 'ਚ ਸ਼ਰਾਬ ਆਉਂਦਾ ਨਾ ਸਵਾਦ ਆਉਂਦਾ ਨਾ ਮਾਸ ਖਾਣ ਦੇ ਵਿੱਚ ਹਾਂਜੀ ਉਹਨਾਂ ਮੇਰਾ ਖਿਆਲ ਹੋਰ ਕਿਹੇ ਚੀਜ਼ 'ਚ ਨਹੀਂ ਹੋਣਾ। ਅੱਛਾ ਜੀ। ਤੀਜੀ ਕਹਿੰਦੀ ਆਖੇ ਨਹੀਂ ਆਖੇ ਜਿੰਨਾ ਜੂਆ ਖੇਡਣ ਦੇ ਵਿੱਚ ਆਉਂਦਾ ਨਾ ਆਖੇ। ਸਵਾਦ ਆਖੇ। ਵਾਹ ਜੀ। ਉਹਨਾਂ ਹੋਰ ਕਿਹੇ ਚੀਜ਼ ਨਹੀਂ ਹੋਣਾਗਾ। ਹੂੰ। ਜਿਹੜੀ ਚੌਥੀ ਲੜਕੀ ਸੀ ਨਾ। ਹਾਂਜੀ। ਉਹ ਕਹਿੰਦੀ ਜਿੰਨਾ ਝੂਠ ਬੋਲਣ 'ਚ ਸਵਾਦ ਆਉਂਦਾ ਐਨਾ ਹੋਰ ਕਿਹੇ ਚੀਜ਼ 'ਚ ਸਵਾਦ ਆਉਂਦਾ ਹੀ ਨਹੀਂ। ਠੀਕ ਹੈ ਜੀ। ਹੁਣ ਰਾਜਾ ਨੇ ਰਾਜੇ ਨੇਗਾ ਹੋਰ ਵੀ ਭਾਖੇ ਲੈਣੀ ਸੀ। ਹਾਂਜੀ। ਤੇ ਉਹ ਚਾਰੇ ਗੱਲਾਂ ਸੁਣ ਕੇ ਰਾਜਾ ਤੇ ਗਾਂ ਹੋਰ ਗੱਲਾਂ ਬਾਤਾਂ ਰਾਤ ਨੂੰ ਸੁਣਦਾ ਸੁਣਦਾ ਕਿਉਂ ਜਿਆਦਾ ਸਮਾਂ ਵੀ ਨਹੀਂ ਲਾਉਂਦਾ ਸੀ ਵੀ ਪਤਾ ਵੀ ਨਾ ਲੱਗ ਜੇ ਜੀ ਜੀ ਲੁੱਕ ਛਿਪ ਕੇ ਜਾਂਦਾ ਸੀ ਤੇ ਆਪਦਾ ਘਰੇ ਆ ਕੇ ਰਾਜਾ ਪੈ ਗਿਆ ਸੌ ਗਿਆ ਹਾਂਜੀ ਜਦੋਂ ਦਿਨ ਚੜਿਆ ਹਾਂਜੀ ਤਾਂ ਹੁਣ ਘਰ ਦੀ ਤਾਂ ਰਾਜੇ ਨੂੰ ਪਛਾਣ ਸੀ ਉਹਨੇ ਨੁਕ ਵਜੀਰ ਸੱਦਿਆ ਜੀ ਵਜੀਰ ਸੱਦ ਕੇ ਫਿਰ ਨੁਕਰ ਸੱਦੇ ਹੂੰ ਉਹਨਾਂ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਫਲਾਨਾ ਚੌਂਕ ਹੈ ਚੌਂਕ ਦੇ ਤੁਸੀਂ ਸੱਜੇ ਪਾਸੇ ਮੁੜ ਕੇ ਚਾਰ ਕਰ ਛੱਡ ਕੇ ਪੰਜਵਾਂ ਕੱਚਾ ਘਰ ਹੈ ਜੀ ਤੇ ਇਸ ਤਰ੍ਹਾਂ ਕਰਕੇ ਉਹਨਾਂ ਦਾ ਬਾਰ ਹੈਗਾ ਉਹਨਾਂ ਦੀ ਲੜਕੀਆਂ ਨੂੰ ਬੁਲਾ ਕੇ ਲਿਆਓ ਜਿਹੜੀਆਂ ਚਾਰ ਲੜਕੀਆਂ ਰਾਤ ਨੂੰ ਗੱਲਾਂ ਕਰਦੀਆਂ ਸੀ ਠੀਕ ਹੈ ਜੀ ਹੁਣ ਜਦੋਂ ਰਾਜੇ ਦੇ ਭੇਜੇ ਹੋਏ ਦੂਤ ਸਿਪਾਈ ਗਏ ਤੇ ਪੁੱਛਿਆ ਵੀ ਰਾਤ ਕੋਈ ਚਾਰ ਲੜਕੀਆਂ ਇੱਥੇ ਜੀ ਸਰਾਂ ਨੇ ਸੁਣੋਣੇ ਕੱਢਦੀਆਂ ਸੀਗੀਆਂ ਕਹਿੰਦੇ ਵੀ ਕੱਢਦੀਆਂ ਸੀ ਹਾਂਜੀ ਹੁਣ ਚਾਰੇ ਲੜਕੀਆਂ ਨੂੰ ਰਾਜੇ ਦੇ ਪੇਸ਼ ਕਰਤਾ ਜੀ ਉਹ ਲੜਕੀਆਂ ਡਰਈ ਜਾਂਦੀਆਂ ਵੀ ਅਸੀਂ ਤਾਂ ਕੋਈ ਉਹ ਜੀ ਗੱਲਬਾਤ ਨਹੀਂ ਕੀਤੀਗੀ ਨਾ ਹੀ ਕੋਈ ਰਾਜੇ ਦੇ ਖਿਲਾਫ ਗੱਲ ਕੀਤੀ ਐ ਹਾਂਜੀ ਵੀ ਸਾਨੂੰ ਬੁਲਾਇਆ ਤਾਂ ਕਿਉਂ ਬੁਲਾਇਆ ਗਿਆ ਹੂੰ ਰਾਜਾ ਕਹਿੰਦਾ ਕੋਈ ਗੱਲ ਨਹੀਂ ਬੇਟਾ ਕਬਰਾ ਹੋ ਨਾ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਸਵਾਲ ਮੈਂ ਪੁੱਛਦਾ ਜਿਹੜੀ ਲੜਕੀ ਕਹਿੰਦੀ ਸੀ ਵੀ ਸ਼ਰਾਬ ਪੀਣ ਦਾ ਬਹੁਤ ਸਵਾਦ ਆਉਂਦਾ ਇਹਦੇ ਵਿੱਚ ਤੇ ਮੈਂ ਇਹ ਕਹਿੰਨਾ ਵੀ ਬੇਟੀ ਵੀ ਤੂੰ ਸ਼ਰਾਬ ਪੀਨੀ ਐ ਅੱਛਾ ਕਹਿੰਦੀ ਐ ਕਿ ਨਹੀਂ ਐ ਕਿ ਮੈਂ ਤਾਂ ਨਹੀਂ ਮਹਾਰਾਜੀ ਸ਼ਰਾਬ ਪੀਤੀ ਕਦੇ ਹਾਂਜੀ ਅਖੇ ਫਿਰ ਤੂੰ ਕਿਵੇਂ ਕਹਤਾ ਵੀ ਇਹ ਸ਼ਰਾਬ ਪੀਣ ਦਾ ਸਵਾਦ ਬਹੁਤ ਹੈ ਜੀ ਕਹਿੰਦੀ ਜੀ ਮੈਂ ਇਸ ਤਰ੍ਹਾਂ ਕਹਤਾ ਵੀ ਸਭ ਤੋਂ ਪਹਿਲੀ ਗੱਲ ਤਾਂ ਸ਼ਰਾਬ ਕੌੜੀ ਹੁੰਦੀ ਹੈ ਹਾਂਜੀ ਪੀਣ ਦੇ ਵਿੱਚ ਦੂਜੀ ਗੱਲ ਹੈ ਵੀ ਸ਼ਰਾਬ ਤੇ ਪੈਸੇ ਲੱਗਦੇ ਆ ਜੀ ਤੀਜੀ ਗੱਲ ਹੈ ਵੀ ਜਿਹੜੀ ਸਿਹਤ ਹੈ ਸਿਹਤ ਵਾਸਤੇ ਵੀ ਇਹ ਹਾਨੀਕਾਰਕ ਹੈ ਬੋਤਲ ਦੇ ਉੱਤੇ ਵੀ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਜੀ ਤੇ ਚੌਥੀ ਗੱਲ ਇਹ ਹੈ ਵੀ ਸਾਡੇ ਅਗਵਾਂਡ ਪੀਂਦੇ ਆ ਸ਼ਰਾਬ ਅੱਛਾ ਨਿਤੰਗ ਉਹਨਾਂ ਦੇ ਘਰੇ ਲੜਾਈ ਹੁੰਦੀ ਹੈ ਜੀ ਕੋਈ ਉਹਨਾਂ ਦਾ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਪੇਮ ਪਿਆਰ ਹੈ ਨਹੀਂਗਾ ਸ਼ਰਾਬ ਪੀ ਕੇ ਲੜਾਈ ਹੁੰਦੀ ਹੈ ਹਾਂ ਸ਼ਰਾਬ ਪੀ ਕੇ ਹਾਂਜੀ ਲੜਾਈ ਤਾਂ ਹੋਂ ਹੀ ਹੋਣੀ ਆ ਤੇ ਉਹ ਬੰਦਾ ਦੇਲੀ ਪੀਂਦਾ ਜੀ ਤੇ ਤੜਕੇ ਇਹ ਵੀ ਅਖੀ ਜਾਊਗਾ ਵੀ ਰਾਤਾਂ ਬਹੁਤ ਜ਼ਿਆਦਾ ਪੀ ਬੈਠੇ ਗਲਤੀ ਹੋ ਗਈ ਐ ਹੋ ਗਿਆ ਯਾ ਹੋ ਗਿਆ ਤੇ ਜਦੋਂ ਸ਼ਰਾਬ ਦਾ ਟਾਈਮ ਹੋ ਜਾਂਦਾ ਫੇਰ ਸ਼ਰਾਬ ਲੈਣ ਉੱਥੇ ਜਾਂਦਾ ਸ਼ਰਾਬ ਪੀਂਦਾ ਤੇ ਮੈਂ ਤਾਂ ਕਹਿੰਨਾ ਵੀ ਕੌੜੀ ਵੀ ਐ ਪੈਸੇ ਵੀ ਲੱਗਦੇ ਐ ਸਿਹਤ ਲਈ ਵੀ ਹਾਨੀ ਕਰ ਕ ਲੜਾਈ ਵੀ ਹੁੰਦੀ ਐ ਤੇ ਫੇਰ ਜਾ ਕੇ ਪੀਂਦਾ ਵੀ ਜੇ ਇਹਦੇ ਚ ਚੰਗਾ ਕੋਈ ਸੁਆਦ ਆ ਤਾਂ ਫੇਰ ਹੀ ਜਾ ਕੇ ਪੀਂਦਾ ਨਾ ਹਾਂ ਕੁੜੀ ਦੀ ਗੱਲ ਤਾਂ ਸਹੀ ਸੀ ਵੈਸੇ ਕਹਿੰਦਾ ਬਸ ਠੀਕ ਐ ਕੁੜੀਏ ਤੈਨੂੰ ਛੁੱਟੀ ਐ ਤੇ ਤੂੰ ਹੁਣ ਜਾ ਸਕਦੀ ਐ ਠੀਕ ਐ ਪੁਆਇੰਟ ਆਫ 뷰 ਹੀ ਲੈਣਾ ਸੀ ਕਹਾਨੂੰ ਉਹਦਾ ਦੂਜੀ ਨੂੰ ਪੁੱਛਿਆ ਜੀ ਹਾਂ ਬੇਟੀ ਤੂੰ ਕਹਿੰਦੀ ਸੀ ਵੀ ਮੀਟ ਖਾਣ ਦੇ ਵਿੱਚ ਬਹੁਤ ਸੁਆਦ ਆ ਬੇਟਾ ਤੁਸੀਂ ਮੀਟ ਖਾਂਦੇ ਆ ਕਹਿੰਦੀ ਨਹੀਂ ਬਾਦਸ਼ਾਹ ਜੀ ਮੈਂ ਤਾਂ ਮੀਟ ਬਿਲਕੁਲ ਟੱਚ ਨਹੀਂ ਕੀਤਾ ਸਾਡੇ ਤਾਂ ਪਰਿਵਾਰ ਚ ਨਹੀਂ ਖਾਂਦਾ ਕੋਈ ਅੱਛਾ ਜੀ ਫੇਰ ਅਖੇ ਤੈਨੂੰ ਕਿਵੇਂ ਪਤਾ ਵੀ ਇਹਦੇ ਵਿੱਚ ਟੇਸਟ ਬਹੁਤ ਜ਼ਿਆਦਾ ਹੈ ਹੂੰ ਕਹਿੰਦੀ ਜੀ ਮੈਂ ਤਾਂ ਕਹਿੰਦੀ ਆਂ ਵੀ ਸਾਡੇ ਨਾਲ ਗਵਾਂਢ ਸ਼ਿਕਾਰੀ ਆਗੇ ਅੱਛਾ ਜੀ ਸ਼ਿਕਾਰਸ਼ਪੂਰ ਮਾਰ ਕੇ ਲੈ ਕੇ ਆਉਂਦਾ ਜੀ ਜੇ ਨਾਂ ਵੀ ਲੈਵੇ ਤਾਂ ਉਹ ਮੀਟ ਲੈ ਆਉਂਦਾ ਓਕੇ ਉਹ ਮੀਟ ਖਾਂਦਾ ਤੇ ਉਸ ਤੋਂ ਬਾਅਦ ਜਿਹੜੀਆਂ ਹੱਡੀਆਂ ਹਨਾ ਉਹ ਸਾਡੀ ਰੂੜੀ ਤੇ ਉਹਨਾਂ ਦੀ ਰੂੜੀ ਇੱਕੋ ਹੀ ਹੈ ਹਾਂਜੀ ਤੇ ਐ ਰੂੜੀ ਤੇ ਸਾਡੀ ਤੇ ਸੜ ਦਿੰਦਾ ਖਰਾਬ ਪੀਣ ਵਾਲਿਆਂ ਨੇ ਬੱਚਿਆਂ ਦੇ ਆਪਣੇ ਭੁੱਖ ਜਿਹੜੇ ਸੀਗੇ ਆਉਣ ਵਾਲੇ ਸਮੇਂ ਖਰਾਬ ਕਰ ਲਏ ਖਰਾਬ ਕਰ ਲਏ ਤਾਂ ਠੀਕ ਆ ਇਹਨਾਂ ਚੀਜ਼ਾਂ ਨੂੰ ਸਲਾਇਆ ਜਾਂਦਾ ਹੈ ਵੈਸੇ ਸਲਾਉਣ ਯੋਗ ਨਹੀਂ ਇਹ ਜੀ ਨਸ਼ੇ ਹੈ ਇਸੇ ਤਰ੍ਹਾਂ ਮਤਲਬ ਇੱਕ ਚਾਰ ਲੜਕੀਆਂ ਸੀਗੀਆਂ ਉਹਨਾਂ ਨੇ ਵੀ ਇਸ ਚੀਜ਼ ਨੂੰ ਸਲਾਇਆ ਹੈ ਅੱਛਾ ਜੀ ਪਰ ਉਹਨਾਂ ਨੇ ਵਰਤਿਆ ਵੀ ਨਹੀਂ ਗਾ ਕੀ ਬਾਤ ਉਹ ਇੱਕ ਇਸ ਤਰ੍ਹਾਂ ਸੀ ਵੀ ਚਾਰ ਲੜਕੀਆਂ ਸੀਗੀਆਂ ਤੇ ਉਹ ਸੀਗੀਆਂ ਚਾਰੇ ਸਹੇਲੀਆਂ ਠੀਕ ਹੈ ਜੀ ਤੇ ਰਾਤ ਨੂੰ ਉਦੋਂ ਕੁੜੀਆਂ ਚਾਦਰ ਜਿਵੇਂ ਕੱਢਣੀਆਂ ਸਰਾਣੇ ਕੱਢਣੇ ਝੋਲੇ ਕੱਢਣੇ ਸੂਈ ਦੇ ਨਾਲ ਹਾਂਜੀ ਕਢਾਈ ਐ ਕਰਦੀਆਂ ਹੁੰਦੀਆਂ ਸੀ ਤੇ ਜਣੀ ਇੱਕ ਘਰੇ ਬਹਿ ਜਾਂਦੀਆਂ ਸੀਗੀਆਂ ਅੱਛਾ ਜੀ ਤੇ ਉੱਥੇ ਫਿਰ ਉਹ ਦੀਵੇ ਲੈਂਪ ਦੇ ਚਾਨਣ ਦੇ ਵਿੱਚ ਰਾਤ ਨੂੰ ਘੰਟਾ ਆਪ ਦਾ ਲਾਉਂਦੀਆਂ ਸੀ ਹਾਂਜੀ ਤਾਂ ਰਾਜੇ ਹੀ ਜਿਹੜੇ ਉਸ ਸਮੇਂ ਦੇ ਵਿੱਚ ਭੱਖਾ ਲੈਣਦੇ ਹੁੰਦੇ ਸੀ ਮਤਲਬ ਕਿ ਕਿਸੇ ਦੀ ਉਹ ਹੋ ਕੇ ਗੱਲ ਸੁਣ ਉਹਲੇ ਹੋ ਕੇ ਗੱਲ ਸੁਣਦੇ ਹੁੰਦੇ ਸੀ ਵੀ ਕੋਈ ਬੰਦਾ ਜੇ ਕੋਈ ਕਹਿ ਰਿਹਾ ਵੀ ਮੇਰੇ ਦਾ ਯਾਰ ਕਣਕ ਮੁੱਕੀ ਪਈ ਆ ਤੇ ਗਰੀਬੀ ਆ ਦਿਹਾੜੀ ਮੇਰੇ ਲੱਗੀ ਨਹੀਂ ਤਾਂ ਰਾਜੇ ਮਤਲਬ ਹੰਦਰਦੀ ਤੌਰ ਤੇ ਉਹਨਾਂ ਨੂੰ ਫਿਰ ਕਣਕ-ਕੁਣਕ 20 ਕਿਲੋ 30 ਕਿਲੋ ਦੇ ਆਉਂਦੇ ਹੁੰਦੇ ਸੀ ਠੀਕ ਹੈ ਜੀ ਜਣੀ ਪਬਲਿਕ ਦੇ ਦੁੱਖ ਹੀ ਸੁਣਨੇ ਹੁੰਦੇ ਸੀ ਲੋਕ ਜਿਹੜੇ ਚੰਗੇ ਰਾਜੇ ਸੀ ਨਾ ਉਹ ਪਾਕਿਆ ਲਿੰਦੇ ਹੁੰਦੇ ਸੀ ਤਾਂ ਇੱਕ ਦਿਨ ਕਿਤੇ ਰਾਜਾ ਪੇਸ ਵਟਾ ਕੇ ਰਾਤ ਨੂੰ ਨਿਕਲਿਆ ਤੇ ਉਹ ਚਾਰ ਲੜਕੀਆਂ ਸੀ ਜਿਹੜੀਆਂ ਹਾਂਜੀ ਆਪਣੇ ਕੋਈ ਚਾਦਰ ਸਰਾਣੇ ਕੱਢਦੀਆਂ ਸੀ ਤਾਂ ਕੱਚੇ ਕਮਰੇ ਹੁੰਦੇ ਸੀ ਉਹਨਾਂ ਦੇ ਵਿੱਚ ਹਵਾ ਲੱਗਣ ਵਾਸਤੇ ਮੋਰੀਆਂ ਵੀ ਰੱਖੀਆਂ ਹੁੰਦੀਆਂ ਸੀ ਜੀ ਜੀ ਤੇ ਰਾਜਾ ਉਹ ਜਦੋਂ ਵੇਖਿਆ ਵੀ ਦੀਵਾ ਜਗਈ ਜਾਂਦਾ ਤੇ ਉਹ ਮੋਰੀ ਦੇ ਨਾਲ ਕੰਨ ਜਾਂ ਲਾ ਕੇ ਤੇ ਖੜ ਗਿਆ ਉੱਥੇ ਅੱਛਾ ਜੀ ਉੱਥੇ ਇੱਕ ਲੜਕੀ ਕਹਿੰਦੀ ਜਿੰਨਾ ਸਵਾਦ ਸ਼ਰਾਬ ਪੀਣ ਦੇ ਵਿੱਚ ਆਉਂਦਾ ਨਾ ਅਖੇ ਅੱਛਾ ਜੀ ਮੈਨੂੰ ਲੱਗਦਾ ਇੰਨਾ ਸਵਾਦ ਹੋਰ ਕਾਹੇ 'ਚ ਨਹੀਂ ਆਉਂਦਾ ਹੋਣਾ ਹੂੰ ਦੂਜੀ ਕਹਿੰਦੀ ਨਹੀਂ ਅਖੇ ਜਿੰਨਾ ਮਾਸ ਖਾਣ 'ਚ ਸ਼ਰਾਬ ਆਉਂਦਾ ਨਾ ਸਵਾਦ ਆਉਂਦਾ ਨਾ ਮਾਸ ਖਾਣ ਦੇ ਵਿੱਚ ਹਾਂਜੀ ਉਨਾ ਮੇਰਾ خیال ਹੋਰ ਕਿਸੇ ਚੀਜ਼ 'ਚ ਨਹੀਂ ਹੋਣਾ। ਅੱਛਾ ਜੀ। ਤੀਜੀ ਕਹਿੰਦੀ ਆਖੇ ਨਹੀਂ ਆਫੇ ਜਿੰਨਾ ਜੂਆ ਖੇਡਣ ਦੇ ਵਿੱਚ ਆਉਂਦਾ ਨਾ ਆਫੇ। ਸਵਾਦ ਆਫੇ। ਵਾਹ ਜੀ। ਉਨਾ ਹੋਰ ਕਿਸੇ ਚੀਜ਼ 'ਚ ਨਹੀਂ ਹੋਣਾ। ਹੂੰ। ਜਿਹੜੀ ਚੌਥੀ ਲੜਕੀ ਸੀ ਨਾ। ਹਾਂਜੀ। ਉਹ ਕਹਿੰਦੀ ਜਿੰਨਾ ਝੂਠ ਬੋਲਣ 'ਚ ਸਵਾਦ ਆਉਂਦਾ ਐਨਾ ਹੋਰ ਕਿਸੇ ਚੀਜ਼ 'ਚ ਸਵਾਦ ਆਉਂਦਾ ਹੀ ਨਹੀਂ। ਠੀਕ ਹੈ ਜੀ। ਹੁਣ ਰਾਜਾ ਨੇ ਰਾਜੇ ਨੇਗਾ ਹੋਰ ਵੀ ਭਾਖੇ ਲੈਣੀ ਸੀ। ਹਾਂਜੀ। ਤੇ ਉਹ ਚਾਰੇ ਗੱਲਾਂ ਸੁਣ ਕੇ ਰਾਜਾ ਤੇ ਗਾਂ ਹੋਰ ਗੱਲਾਂ ਬਾਤਾਂ ਰਾਤ ਨੂੰ ਸੁਣਦਾ ਸੁਣਦਾ ਕਿਉਂ ਜਿਆਦਾ ਸਮਾਂ ਵੀ ਨਹੀਂ ਲਾਉਂਦਾ ਸੀ ਵੀ ਪਤਾ ਵੀ ਨਾ ਲੱਗ ਜੇ ਜੀ ਜੀ ਲੋਕ ਛਿਪ ਕੇ ਜਾਂਦਾ ਸੀ ਤੇ ਆਪਦਾ ਘਰੇ ਆ ਕੇ ਰਾਜਾ ਪੈ ਗਿਆ ਸੌ ਗਿਆ ਹਾਂ ਜੀ ਜਦੋਂ ਦਿਨ ਚੜਿਆ ਹਾਂ ਜੀ ਤਾਂ ਹੁਣ ਘਰ ਦੀ ਦਾ ਰਾਜੇ ਨੂੰ ਪਛਾਣ ਸੀ ਉਹਨੇ ਨੁਕ ਮਜੀਰ ਸੱਦੇ ਜੀ ਮਜੀਰ ਸੱਦ ਕੇ ਫਿਰ ਨੁਕਰ ਸੱਦੇ ਹੂੰ ਉਹਨਾਂ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਫਲਾਨਾ ਚੌਂਕ ਹੈ ਚੌਂਕ ਦੇ ਤੁਸੀਂ ਸੱਜੇ ਪਾਸੇ ਮੁੜ ਕੇ ਹਾਂਜੀ ਚਾਰ ਘਰ ਛੱਡ ਕੇ ਪੰਜਵਾਂ ਕੱਚਾ ਘਰ ਹੈ ਜੀ ਤੇ ਇਸ ਤਰ੍ਹਾਂ ਕਰਕੇ ਉਹਨਾਂ ਦਾ ਬਾਹਰ ਹੈਗਾ ਉਹਨਾਂ ਦੀ ਲੜਕੀਆਂ ਨੂੰ ਬੁਲਾ ਕੇ ਲਿਆਓ ਜਿਹੜੀਆਂ ਚਾਰ ਲੜਕੀਆਂ ਰਾਤ ਨੂੰ ਗੱਲਾਂ ਕਰਦੀਆਂ ਸੀ ਠੀਕ ਹੈ ਜੀ ਹੁਣ ਜਦੋਂ ਰਾਜੇ ਦੇ ਭੇਜੇ ਹੋਏ ਦੂਤ ਸਿਪਾਈ ਗਏ ਤੇ ਪੁੱਛਿਆ ਵੀ ਰਾਤ ਕੋਈ ਚਾਰ ਲੜਕੀਆਂ ਇੱਥੇ ਜੀ ਸਰਾਂ ਨੇ ਸੁਣੋਣੀਆਂ ਕੱਢਦੀਆਂ ਸੀਗੀਆਂ ਕਹਿੰਦੇ ਵੀ ਕੱਢਦੀਆਂ ਸੀ ਹਾਂਜੀ ਹੁਣ ਚਾਰੇ ਲੜਕੀਆਂ ਨੂੰ ਰਾਜੇ ਦੇ ਪੇਸ਼ ਕਰਤਾ ਜੀ ਹੁਣ ਲੜਕੀਆਂ ਡਰਈ ਜਾਂਦੀਆਂ ਵੀ ਅਸੀਂ ਤਾਂ ਕੋਈ ਉਹ ਜੀ ਗੱਲਬਾਤ ਨਹੀਂ ਕੀਤੀਗੀ ਨਾ ਹੀ ਕੋਈ ਰਾਜੇ ਦੇ ਖਿਲਾਫ ਗੱਲ ਕੀਤੀ ਐ ਹਾਂਜੀ ਵੀ ਸਾਨੂੰ ਬੁਲਾਇਆ ਤਾਂ ਕਿਉਂ ਬੁਲਾਇਆ ਗਿਆ ਹੂੰ ਰਾਜਾ ਕਹਿੰਦਾ ਕੋਈ ਗੱਲ ਨਹੀਂ ਬੇਟਾ ਘਬਰਾਉ ਨਾ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਸਵਾਲ ਮੈਂ ਪੁੱਛਦਾ ਜਿਹੜੀ ਲੜਕੀ ਕਹਿੰਦੀ ਸੀ ਵੀ ਸ਼ਰਾਬ ਪੀਣ ਦਾ ਬਹੁਤ ਸਵਾਦ ਆਉਂਦਾ ਇਹਦੇ ਵਿੱਚ ਤੇ ਮੈਂ ਇਹ ਕਹਿੰਨਾ ਵੀ ਬੇਟੀ ਵੀ ਤੂੰ ਸ਼ਰਾਬ ਪੀਨੀ ਐ ਅੱਛਾ ਜੀ ਕਹਿੰਦੀ ਐ ਕਿ ਨਹੀਂ ਐ ਕਿ ਮੈਂ ਤਾਂ ਨਹੀਂ ਮਹਾਰਾਜ ਜੀ ਸ਼ਰਾਬ ਪੀਤੀ ਕਦੇ ਹਾਂਜੀ ਅਖੇ ਫਿਰ ਤੂੰ ਕਿਵੇਂ ਕਹਤਾ ਵੀ ਇਹ ਸ਼ਰਾਬ ਪੀਣ ਦਾ ਸਵਾਦ ਬਹੁਤ ਹੈ ਜੀ ਕਹਿੰਦੀ ਜੀ ਮੈਂ ਇਸ ਤਰ੍ਹਾਂ ਕਹਤਾ ਵੀ ਸਭ ਤੋਂ ਪਹਿਲੀ ਗੱਲ ਤਾਂ ਸ਼ਰਾਬ ਕੌੜੀ ਹੁੰਦੀ ਹੈ ਹਾਂਜੀ ਪੀਣ ਦੇ ਵਿੱਚ ਬਿਲਕੁਲ ਦੂਜੀ ਗੱਲ ਹੈ ਵੀ ਸ਼ਰਾਬ ਤੇ ਪੈਸੇ ਲੱਗਦੇ ਆ ਜੀ ਤੀਜੀ ਗੱਲ ਹੈ ਵੀ ਜਿਹੜੀ ਸਿਹਤ ਹੈ ਸਿਹਤ ਵਾਸਤੇ ਵੀ ਇਹ ਹਾਨੀਕਾਰਕ ਹੈ ਬੋਤਲ ਦੇ ਉੱਤੇ ਵੀ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਜੀ ਤੇ ਚੌਥੀ ਗੱਲ ਇਹ ਹੈ ਵੀ ਸਾਡੇ ਅਗਵਾਂਡ ਪੀਂਦੇ ਆ ਸ਼ਰਾਬ ਅੱਛਾ ਨਿਤੰਗ ਉਹਨਾਂ ਦੇ ਘਰੇ ਲੜਾਈ ਹੁੰਦੀ ਹੈ ਜੀ ਕੋਈ ਉਹਨਾਂ ਦਾ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਪੇਮ ਪਿਆਰ ਹੈ ਨਹੀਂਗਾ ਸ਼ਰਾਬ ਪੀ ਕੇ ਲੜਾਈ ਹੁੰਦੀ ਹੈ ਹਾਂ ਸ਼ਰਾਬ ਪੀ ਕੇ ਹਾਂਜੀ ਲੜਾਈ ਤਾਂ ਹੋਣੀ ਹੀ ਹੋਣੀ ਤੇ ਉਹ ਬੰਦਾ ਦੇਲੀ ਪੀਂਦਾ ਜੀ ਤੇ ਤੜਕੇ ਇਹ ਵੀ ਅਖੀ ਜਾਊਗਾ ਵੀ ਰਾਤਾਂ ਬਹੁਤ ਜ਼ਿਆਦਾ ਪੀ ਬੈਠੇ ਗਲਤੀ ਹੋ ਗਈ ਐ ਹੋ ਗਿਆ ਉਹ ਹੋ ਗਿਆ ਤੇ ਜਦੋਂ ਸ਼ਰਾਬ ਦਾ ਟਾਈਮ ਹੋ ਜਾਂਦਾ ਫੇਰ ਸ਼ਰਾਬ ਲੈਣ ਉੱਥੇ ਜਾਂਦਾ ਸ਼ਰਾਬ ਪੀਂਦਾ ਤੇ ਮੈਂ ਤਾਂ ਕਹਿੰਦਾ ਵੀ ਕੌੜੀ ਵੀ ਐ ਪੈਸੇ ਵੀ ਲੱਗਦੇ ਐ ਸਿਹਤ ਲਈ ਵੀ ਹਾਨੀਕਾਰਕਾ ਲੜਾਈ ਵੀ ਹੁੰਦੀ ਐ ਤੇ ਫੇਰ ਜਾ ਕੇ ਪੀਂਦਾ ਵੀ ਜੇ ਇਹਦੇ ਚ ਚੰਗਾ ਕੋਈ ਸੁਆਦ ਆ ਤਾਂ ਫੇਰ ਹੀ ਜਾ ਕੇ ਪੀਂਦਾ ਨਾ ਹਾਂ ਕੁੜੀ ਦੀ ਗੱਲ ਤਾਂ ਸਹੀ ਸੀ ਵੈਸੇ ਕਹਿੰਦਾ ਬਸ ਠੀਕ ਐ ਕੁੜੀਏ ਤੈਨੂੰ ਛੁੱਟੀ ਐ ਤੇ ਤੂੰ ਹੁਣ ਜਾ ਸਕਦੀ ਏ ਠੀਕ ਜੀ ਪੁਆਇੰਟ ਆਫ 뷰 ਹੀ ਲੈਣਾ ਸੀ ਗੱਲ ਉਹਨੇ ਉਹਦਾ ਦੂਜੀ ਨੂੰ ਪੁੱਛਿਆ ਜੀ ਹਾਂ ਬੇਟੀ ਤੂੰ ਕਹਿੰਦੀ ਸੀ ਵੀ ਮੀਟ ਖਾਣ ਦੇ ਵਿੱਚ ਬਹੁਤ ਸੁਆਦ ਆ ਬੇਟਾ ਤੁਸੀਂ ਮੀਟ ਖਾਂਦੇ ਏ ਕਹਿੰਦੀ ਨਹੀਂ ਬਾਦਸ਼ਾਹ ਜੀ ਮੈਂ ਤਾਂ ਮੀਟ ਬਿਲਕੁਲ ਟੱਚ ਨਹੀਂ ਕੀਤਾ ਸਾਡੇ ਤਾਂ ਪਰਿਵਾਰ 'ਚ ਨਹੀਂ ਖਾਂਦਾ ਕੋਈ ਅੱਛਾ ਜੀ ਫੇਰ ਅਖੇ ਤੈਨੂੰ ਕਿਵੇਂ ਪਤਾ ਵੀ ਇਹਦੇ ਵਿੱਚ ਟੇਸਟ ਬਹੁਤ ਜ਼ਿਆਦਾ ਹੈ ਹੂੰ ਕਹਿੰਦੀ ਜੀ ਮੈਂ ਤਾਂ ਕਹਿੰਦੀ ਆਂ ਵੀ ਸਾਡੇ ਨਾਲ ਗਵਾਂਢ ਸ਼ਿਕਾਰੀ ਆਗੇ ਅੱਛਾ ਜੀ ਸ਼ਿਕਾਰਸ਼ਪੂਰ ਮਾਰ ਕੇ ਲੈ ਕੇ ਆਉਂਦਾ ਜੀ ਜੇ ਨਾਂ ਵੀ ਲਵੇ ਤਾਂ ਉਹ ਮੀਟ ਲੈ ਆਉਂਦਾ ਓਕੇ ਉਹ ਮੀਟ ਖਾਂਦਾ ਤੇ ਉਸ ਤੋਂ ਬਾਅਦ ਜਿਹੜੀਆਂ ਹੱਡੀਆਂ ਹਨਾ ਉਹ ਸਾਡੀ ਰੂੜੀ ਤੇ ਉਹਨਾਂ ਦੀ ਰੂੜੀ ਇੱਕੋ ਹੀ ਹੈ ਹਾਂਜੀ ਤੇ ਐ ਰੂੜੀ ਤੇ ਸਾਡੀ ਤੇ ਸਿੱੜ ਦਿੰਦਾ ਹੈ ਕਿ ਮੈਂ ਵੇ ਨਹੀਂ ਕਹੀ ਆ ਰਹੀ ਵੀ ਕੁੱਤੇ ਨਾ ਉਹ ਸਾਡੀਆਂ ਦੇ ਵਿੱਚੋਂ ਤਿੱਖੀਆਂ ਆਪ ਦੇ ਦੰਦਾਂ ਦੇ ਨਾਲ ਜਿਹੜਾ ਬੰਦੇ ਤੋਂ ਬਚਦਾ ਉਹ ਕੁੱਤੇ ਖਾਂਦੇ ਜੀ ਉਹ ਕੁੱਤੇ ਤੋਂ ਜਿਹੜਾ ਰਹਿ ਜਾਂਦਾ ਫਿਰ ਉੱਥੇ ਕਾਂ ਆਉਂਦੇ ਐ ਚੁੰਝਾ ਮਾਰ ਮਾਰ ਕੇ ਉਹ ਕਾਂ ਕੱਢਦੇ ਐ ਜੀ ਖੀਰੀ ਨਾ ਉਸ ਤੋਂ ਬਾਅਦ ਕਾਂਵਾਂ ਤੋਂ ਬਾਅਦ ਉਹਨਾਂ ਹੱਡੀਆਂ ਨੂੰ ਕੀੜੀਆਂ ਲੱਗੀਆਂ ਹੁੰਦੀਆਂ ਬਿਲਕੁਲ ਵੀ ਮਾਸ ਨੂੰ ਫਿਰ ਉਹ ਕੀੜੀਆਂ ਖਾਈ ਜਾਂਦੀਆਂ ਤੇ ਮੈਂ ਆਖਿਆ ਵੀ ਇਹਦੇ ਵਿੱਚ ਕੋਈ ਇੰਨਾ ਸਵਾਦ ਤਾਂ ਹੀ ਆ ਨਹੀਂ ਇੱਕ ਬੰਦਾ ਝੂਠੀ ਕਰਕੇ ਚੀਜ਼ ਸਿਰ ਦੇ ਤੇ ਦੂਜਾ ਕੋਈ ਖਾਂਦਾ ਨਹੀਂਗਾ ਨਹੀਂ ਖਾਂਦਾ ਤੇ ਮੈਂ ਤਾਂ ਕਹਿੰਨੀ ਵੀ ਮਾਸ ਚ ਸਵਾਦ ਆ ਰਿਹਾ ਠੀਕ ਹੈ ਜੀ ਰਾਜਾ ਕਹਿੰਦਾ ਵੀ ਠੀਕ ਹੈ ਬੇਟੀ ਤੁਸੀਂ ਜਾ ਸਕਦੇ ਹੋ ਹਾਂਜੀ ਹੁਣ ਦੂਜੀ ਨੂੰ ਵੀ ਤੋਰਤਾ ਜੀ ਫਿਰ ਤੀਜੀ ਨੂੰ ਪੁੱਛਿਆ ਬੇਟੀ ਤੁਸੀਂ ਜੂਆ ਖੇਡਦੇ ਹੋ ਹਾਂਜੀ ਕਹਿੰਦੇ ਨਹੀਂ ਕਿ ਤੁਸੀਂ ਕਹਿੰਦੇ ਨਾ ਜੂਆ ਖੇਡਣ ਦੇ ਵਿੱਚ ਬਹੁਤ ਮਤਲਬ ਆਉਂਦਾ ਸਵਾਦ ਆਉਂਦਾ ਉਹ ਕਹਿੰਦੀ ਜੀ ਮੈਂ ਇਹ ਕਹਿੰਨੀ ਵੀ ਸਾਡੇ ਵੀ ਅਗਵਾਡ ਇੱਕ ਹੈਗਾ ਬੰਦਾ ਉਹਨੇ ਜੂਏ ਦੇ ਵਿੱਚ ਆਪਣੀ ਜ਼ਮੀਨ ਵੀ ਗਵਾ ਲਈ ਅੱਛਾ ਜੀ ਘਰ ਦਾ ਜਿਹੜਾ ਸਮਾਨ ਸੀ ਉਹ ਵੀ ਗਵਾ ਲਿਆ ਘਰ ਦੀ ਜਿਹੜੀ ਜਗ੍ਹਾ ਉਹ ਵੀ ਤਕਰੀਬਨ ਹੁਣ ਗਹਿਣੇ ਪਈ ਐ ਪੈਸਾ ਤੇਲਾ ਸੀ ਸਾਰਾ ਉਹਨੇ ਉਹ ਵੀ ਗਵਾ ਲਿਆ ਠੀ ਜੂਆ ਹਜੇ ਵੀ ਖੇਡਦਾ ਆਤਮੈਜਬੂਰ ਆਤਮੈਜਬੂਰ ਆ ਵੀ ਚਲ ਹੁਣ ਤਾਂ ਛੱਡ ਦੇ ਸਾਰਾ ਕੁਝ ਗਵਾ ਲਿਆ ਤੇ ਮੈਂ ਕਹ ਇਹਦੇ ਚ ਪਤਾ ਨਹੀਂ ਕਿੰਨਾ ਕੁ ਸਵਾਦ ਆ ਵੀ ਸਾਰਾ ਕੁਝ ਗਵਾ ਲਿਆ ਤੇ ਹਜੇ ਵੀ ਜੂਆ ਖੇਡਦਾ ਇਹ ਮੈਂ ਤਾਂ ਤਾਂ ਆਖਿਆ ਸੀ ਉਹ ਕਹਿੰਦਾ ਠੀਕ ਐ ਬੇਟਾ ਤੁਹਾਡੀ ਸੋਚ ਸਹੀ ਐ ਤੇ ਤੁਸੀਂ ਵੀ ਜਾ ਸਕਦੇ ਠੀਕ ਐ ਹੁਣ ਵਾਰੀ ਆ ਗਈ ਚੌਥੀ ਦੀ ਚੌਥੀ ਨੂੰ ਕਹਿੰਦਾ ਬੇਟੇ ਵੀ ਤੁਸੀਂ ਝੂਠ ਮਾਰਦਿਆਂ ਤੁਸੀਂ ਕਹਿੰਦੇ ਵੀ ਝੂਠ ਦੇ ਵਿੱਚ ਸਵਾਦ ਬਹੁਤ ਜ਼ਿਆਦਾ ਜੀ ਕਹਿੰਦੀ ਨਹੀਂ ਜੀ ਮੈਂ ਤਾਂ ਮਹਾਰਾਜ ਜੀ ਅੱਜ ਤੱਕ ਕਦੇ ਝੂਠ ਨਹੀਂ ਮਾਰਿਆ ਆ ਕਿ ਫਿਰ ਤੁਹਾਨੂੰ ਕਿਵੇਂ ਪਤਾ ਵੀ ਝੂਠ ਮਾਰਨ ਦੇ ਵਿੱਚ ਬਹੁਤ ਸਵਾਦ ਆਉਂਦਾ ਹਾਂਜੀ ਉਹ ਕਹਿੰਦੀ ਮਹਾਰਾਜ ਜੀ ਤੁਸੀਂ ਤਿੰਨਾਂ ਨੂੰ ਸਵਾਲ ਪੁੱਛਿਆ ਸੀ ਤਿੰਨਾਂ ਨੇ ਜਵਾਬ ਦਿੱਤਾ ਹਾਂਜੀ ਪਰ ਜਿਹੜਾ ਮੇਰਾ ਮਤਲਬ ਸਵਾਲ ਹੈ ਨਾ ਇਹ 6 ਮਹੀਨੇ ਦੀ ਮੌਲਤ ਮੰਗਦਾ ਹੈ ਵੀ ਮੈਂ ਤੁਹਾਨੂੰ 6 ਮਹੀਨਿਆਂ ਨੂੰ ਇਹਦਾ ਜਵਾਬ ਦੇਵਾਂਗੀ ਮੈਨੂੰ 6 ਮਹੀਨਿਆਂ ਦੀ ਮੌਲਤ ਦਿੱਤੀ ਜਾਵੇ। ਠੀਕ ਹੈ। ਰਾਜਾ ਕਹਿੰਦਾ ਵੀ ਠੀਕ ਹੈ। 6 ਮਹੀਨਿਆਂ ਨੂੰ ਦੱਸ ਦੇ। ਜੀ। ਇਹ ਮੈਨੂੰ ਬਾਕੀ ਆਗਾ ਦਿੱਤੀ ਜਾਵੇ ਜਾਣ ਦੀ। ਅੱਛਾ। ਉਹ ਕਹਿੰਦੇ ਵੀ ਕੋਈ ਗੱਲ ਨਹੀਂ। ਜਾ ਸਕਦੇ ਆ ਤੁਹਾਡਾ ਘਰ-ਬਾਰ ਦੇਖਿਆ ਤੁਹਾਡੇ ਮਾਪਿਆਂ ਨੂੰ ਜਾਣਦੇ ਆ। ਜਦੋਂ ਲੋੜ ਪਈ ਤੁਹਾਨੂੰ ਬੁਲਾ ਲਾਂਗੇ। ਹੁਣ ਉਹ ਲੜਕੀ ਜਿਹੜੀ ਘਰੇ ਆ ਗਈ। ਹਾਂਜੀ। ਘਰੇ ਆ ਕੇ ਤੇ ਆਪਦੇ ਮਾਪਿਆਂ ਨੂੰ ਕਹਿੰਦੀ ਆ ਵੀ ਮੈਨੂੰ ਭਗਵੇਂ ਕੱਪੜੇ ਬਣਾ ਦਿਓ। ਜੀ। ਜਿਹੜੇ ਸਾਧੂਆਂ ਵਾਲੇ ਕੱਪੜੇ ਨਹੀਂ ਹੁੰਦੇ ਭਗਵੇਂ। ਹੂੰ। ਮੈਨੂੰ ਭਗਵੇਂ ਕੱਪੜੇ ਬਣਾ ਦਿਓ ਹਾਂਜੀ ਤੇ ਕਿਸੇ ਨੂੰ ਤੁਸੀਂ ਦੱਸਣਾ ਨਹੀਂਗਾ ਠੀਕ ਹੈ ਜੀ ਤੇ ਤੁਸੀਂ ਇੱਥੇ ਆਣ ਗਵਾਂਡੇ ਕਹਿ ਦਿਓ ਵੀ ਲੜਕੀ ਸਾਡੀ ਨਾਨਕੇ ਲਾ ਕੇ ਆਊਗੀ ਹਾਂ ਲਾ ਨਾਨਕੇ ਲਾ ਕੇ ਆਊਗੀ 5-6 ਮਹੀਨੇ ਠੀਕ ਹੈ ਤੇ ਰਾਜੇ ਨੂੰ ਤੁਸੀਂ ਆਪਾਂ ਜਿਵੇਂ ਜ਼ਬਾਨਤ ਦੇ ਦਿੰਨੇ ਆ ਰਾਜੇ ਨੂੰ ਕਹਤਾ ਸੀ ਉਹਦੇ ਪਿਓ ਨੇ ਵੀ ਕੋਈ ਗੱਲ ਨਹੀਂ ਲੜਕੀ ਰਿਸ਼ਤੇਦਾਰੀ ਤੇ ਜਾਊ ਆਊਗੀ ਤੇ ਪਰ ਜਦੋਂ ਤੁਸੀਂ ਆਖੋਗੇ ਅਸੀਂ ਹਾਜ਼ਰ ਹਾਂ ਸਹੀ ਗੱਲ ਉਹ ਕਹਿੰਦਾ ਵੀ ਠੀਕ ਹੈ ਹੂੰ ਹੁਣ ਲੜਕੀ ਭਗਵੇਂ ਕੱਪੜਿਆਂ ਦੇ ਵਿੱਚ ਇੱਕ ਝੌਂਪੜੀ ਪਾ ਲਈ ਸ਼ਹਿਰ ਤੋਂ ਬਾਹਰ ਮੜਾਇਆ ਅੱਛਾ ਜੀ ਤੇ ਪ੍ਰਮਾਤਮਾ ਦਾ ਨਾਮ ਜਪਾਉਣ ਲੱਗ ਗਈ ਜੀ ਜਦੋਂ ਕੋਈ ਬੰਦਾ ਆਵੇ ਹਾਂ ਵੀ ਪ੍ਰਮਾਤਮਾ ਦਾ ਨਾਮ ਕੋਈ ਨਾ ਵੀ ਹਾਂ ਜਪੂਗਾ ਜੀ ਜਿਵੇਂ ਆਖੂਗੀ ਉਵੇਂ ਜਪਿਆ ਜੋ ਤੇ ਠੀਕ ਹੈ ਤੁਹਾਨੂੰ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਠੀਕ ਹੈ ਉਹ ਕਹਿੰਦੇ ਵੀ ਠੀਕ ਹੈ ਨਾਲ ਇਹ ਕਹਿੰਦੀ ਸੀ ਵੀ ਦਰਸ਼ਨ ਉਹਨੂੰ ਹੋਣਗੇ ਹਾਂ ਜਿਹੜਾ ਬੰਦਾ ਆਪਣੇ ਅਸਲ ਪਿਓ ਦਾ ਹੈ। ਅੱਛਾ ਜੀ। ਦੂਜਾ ਬੰਦਾ ਇੱਛਾ ਨਾ ਰੱਖੇ। ਅੱਛਾ ਜੀ। ਹੁਣ ਇਹ ਗੱਲ ਕਹਿਣੀ ਹਰ ਇੱਕ ਨੂੰ ਔਖੀ ਬੜੀ ਲੱਗਦੀ ਏ। ਬਿਲਕੁਲ। ਦਾੰ ਖਚਲੰਦਾ ਚੱਲੋ। ਹਾਂਜੀ ਹਾਂਜੀ। ਤਾਂ ਜਦੋਂ ਉਹ ਮਤਲਬ ਐ ਝੌਂਪੜੀ ਦੇ ਵਿੱਚ ਜਾਂਦੇ ਸੀ ਤਾਂ 10 ਮਿੰਟ ਬਹਿ ਕੇ ਬਾਹਰ ਨਿਕਲਦੇ ਸੀ। ਤੇ ਉਹਨੂੰ ਪੁੱਛਦੇ ਸੀ ਕਿਉਂ ਵੀ ਦਰਸ਼ਨ ਹੋ ਗਏ। ਹੁਣ ਨਾ ਹੋਇਆ ਤਾਂ ਤਾਂ ਵੀ ਉਹਨੇ ਤਾਂ ਕਹਿ ਹੀ ਦੇਣਾ। ਵੀ ਜੇ ਮੈਂ ਓਹ ਕਹਿਤਾ ਵੀ ਦਰਸ਼ਨ ਨਹੀਂ ਹੋਏ ਤਾਂ ਮੈਨੂੰ ਲੋਕ ਕੀ ਕਹਿਣਗੇ? ਵੀ ਪਿਓ ਦਾ ਪੁੱਤ ਹੀ ਨਹੀਂ ਇਹ। ਹੈਂ ਜੀ? ਸਹੀ ਲਈ ਉਹੋ ਇੰਨਾ ਮਸ਼ਹੂਰ ਹੋ ਗਈ ਲੜਕੀ ਹਾਂਜੀ ਜਿਹੜਾ ਅੰਦਰ ਜਾਵੇ ਬਾਹਰ ਨਿਕਲਦਾ ਹਾਂਜੀ ਮੈਨੂੰ ਵੀ ਦਰਸ਼ਨ ਹੋ ਗਏ ਵੀ ਜਿਹੜਾ ਅੰਦਰ ਜਾਵੇ ਬਾਹਰ ਮੈਨੂੰ ਵੀ ਦਰਸ਼ਨ ਹੋ ਗਏ ਜੀ ਕਰਦਿਆਂ ਕਰਕੀਆਂ ਲੜਕੀ ਆ ਉਸ ਦਾ ਇੰਨਾ ਜਸ ਫੈਲ ਗਿਆ ਹਾਂਜੀ ਉਧਰੋਂ 6 ਮਹੀਨੇ ਪੂਰੇ ਹੋ ਗਏ ਠੀਕ ਹੈ ਜੀ ਤਾਂ ਰਾਜਾ ਤੇ ਵਜ਼ੀਰ ਇਹਨਾਂ ਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਕਰਕੇ ਇੱਕ ਲੜਕੀ ਹੈ ਤੇ ਉਹ ਪਰਮਾਤਮਾ ਦੇ ਦਰਸ਼ਨ ਕਰਾਉਂਦੀ ਹੈ ਤੇ ਆਪਾਂ ਦੁਨੀਆਦਾਰੇ ਦੇ ਕੰਮ ਤਾਂ ਕਰਦੇ ਹੀ ਰਹਿੰਨੇ ਹਾਂ ਹਾਂਜੀ ਤੇ ਆਪਾਂ ਵੀ ਜਾਈਏ ਤਾਂ ਸਹੀ ਹੁਣ ਜਦੋਂ ਰਾਜਾ ਤੇ ਵਜ਼ੀਰ ਗਏ ਤਾਂ ਵਜ਼ੀਰ ਨੂੰ ਰਾਜਾ ਕਹਿੰਦਾ ਵੀ ਤੂੰ ਜਾ ਪਹਿਲਾਂ ਕਹਿੰਦਾ ਮਹਾਰਾਜ ਜੀ ਤੁਸੀਂ ਜਾਓ ਕਹਿੰਦਾ ਨਹੀਂ ਪਹਿਲਾਂ ਤੂੰ ਜਾ ਉਹ ਕਹਿੰਦਾ ਵੀ ਠੀਕ ਹੈ ਜੀ ਹੁਣ ਜਦੋਂ ਵਜ਼ੀਰ ਗਿਆ ਤਾਂ ਲੜਕੀ ਨੇ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਵੀ 10 ਮਿੰਟ ਬੈਠੋ ਇੱਥੇ ਹਾਂਜੀ ਤੇ ਬੈਠੋ ਧਿਆਨ ਦੇ ਵਿੱਚ ਅੱਛਾ ਜੀ ਅੱਖਾਂ ਮੀਚੀਆਂ ਉਹਨੇ ਹਾਂਜੀ ਉਦੋਂ ਬਾਅਦ ਚ ਪੁੱਛਿਆ ਕਿਉਂ ਪਰਮਾਤਮਾ ਦੇ ਦਰਸ਼ਨ ਹੋਏ ਹੁਣ ਵਜ਼ੀਰ ਨੇ ਆਖਿਆ ਵੀ ਜੇ ਮੈਂ ਆਖਿਆ ਨਹੀਂ ਹੋਏ ਤਾਂ ਰਾਜੇ ਨੂੰ ਪਤਾ ਲੱਗ ਜੂ ਵੀ ਪਿਓ ਦਾ ਪੋਤਾ ਹੀ ਨਹੀਂ ਤਾਂ ਤੇ ਸਾਰੀ ਉਮਰ ਰਾਜਾ ਮੈਨੂੰ ਰਾਜੇ ਦੇ ਹਾਂ ਮੇਹਣੇ ਮਾਰੂ ਮੈਨੂੰ ਨੀਵਾ ਹੋ ਕੇ ਰਹਿਣਾ ਪਊਗਾ ਜੀ ਹੋ ਸਕਦਾ ਕੰਮ ਤੋਂ ਵੀ ਕੱਢ ਦੇ ਹਾਂ ਤੇ ਆਪਾਂ ਝੂਠ ਮਾਰ ਦਿੰਨੇ ਆਪਾਂ ਝੂਠ ਮਾਰ ਦਿੰਨੇ ਅੱਗੇ ਵੀ ਪਤਾ ਨਹੀਂ ਕਿੰਨੇ ਕੁ ਬੰਦੇ ਝੂਠ ਮਾਰ ਕੇ ਗਏ ਹੀ ਸੀ ਬਿਲਕੁਲ ਤਾਂ ਵਜ਼ੀਰ ਨੇ ਕਹਿੰਦਾ ਹਾਂ ਜੀ ਮੈਨੂੰ ਦਰਸ਼ਨ ਹੋ ਗਏ ਜਦੋਂ ਬਾਹਰ ਰਾਜੇ ਕੋਲੇ ਰਾਜਾ ਪਹਿਲਾਂ ਦਰਸ਼ਨ ਹੋ ਗਏ ਹਾਂਜੀ ਕਹਿੰਦਾ ਹਾਂ ਜੀ ਇਹ ਦਰਸ਼ਨ ਤਾਂ ਹੋ ਗਏ ਹਾਂਜੀ ਕਹਿੰਦਾ ਠੀਕ ਆ ਚਲੋ ਮੈਂ ਵੀ ਜਾਣਾ ਹਾਂ ਜਦੋਂ ਰਾਜਾ ਗਿਆ ਤੇ ਹੁਣ ਰਾਜੇ ਨੂੰ ਤਾਂ ਪਛਾਣ ਲਿਆ ਲੜਕੀ ਨੇ ਹਾਂਜੀ ਇਹ ਬਾਦਸ਼ਾਹ ਹੀ ਹੈ ਜੀ ਤੇ ਬਾਦਸ਼ਾਹ ਨੂੰ ਕੋਈ ਪਤਾ ਨਹੀਂ ਵੀ ਇਹ ਉਹ ਲੜਕੀ ਹੈ ਸਰ ਉਹਨੂੰ ਨਹੀਂ ਪਤਾ ਸੀਗਾ ਨਾ ਵਜੀਰ ਨੂੰ ਪਤਾ ਸੀ ਨਾ ਭਗਵੇਂ ਕੱਪੜੇ ਸੀ ਨਾ ਹਾਂ ਘਾੜ ਘਾੜ ਕਹਿ ਤਾ ਹਾਂਜੀ ਪੀਸ ਵਟਾ ਕੇ ਬੈਠੀ ਜੀ ਜੀ ਤਾਂ ਜਦੋਂ ਰਾਜਾ ਗਿਆ ਤਾਂ ਉਹਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਕੇ 10 ਮਿੰਟ ਬੈਠੋ ਅੱਖਾਂ ਬੀਚ ਕੇ ਜੀ ਰਾਜਾ ਬੈਠ ਗਿਆ ਹੁਣ ਜਦੋਂ ਰਾਜਾ 10 ਮਿੰਟ ਹੋ ਗਏ ਤੁਰਨ ਲੱਗਾ ਤੇ ਕਿ ਦੱਸੋ ਬਾਦਸ਼ਾਹ ਜੀ ਦਰਸ਼ਨ ਹੋਏ ਹਾਂਜੀ ਉਦੋਂ ਵਜ਼ੀਰ ਖੜਾ ਸੀ ਕਿਤੇ ਕੋਲੇ ਜੀ ਉਹਨੇ ਆਖਿਆ ਵੀ ਜੇ ਮੈਂ ਕਹਤਾ ਦਰਸ਼ਨ ਨਹੀਂ ਹੋਏ ਤਾਂ ਵਜ਼ੀਰ ਮੇਰਾ ਹੈਗਾ ਸਾਰੀ ਉਮਰ ਮਤਲਬ ਮੈਂ ਇਹਦੇ ਕੋਲੇ ਰਹਿਣਾ ਜੀ ਇਹਦੇ ਦਿਮਾਗ ਚ ਜਾਊਗਾ ਵੀ ਰਾਜਾ ਤਾਂ ਪਿਓ ਦਾ ਪੁੱਤ ਹੀ ਨਹੀਂ ਵੀ ਉਹ ਨਹੀਂ ਹੋਏ ਹਾਂ ਸਹੀ ਗੱਲ ਤੇ ਰਾਜੇ ਨੇ ਵੀ ਝੂਠ ਮਾਰਤਾ ਕਹਿੰਦਾ ਹਾਂ ਜੀ ਮੈਨੂੰ ਹੋ ਗਏ ਲੜਕੀ ਨੂੰ ਵੀ ਕਹਿੰਦਾ ਹੋ ਗਏ ਠੀਕ ਹੈ ਜੀ ਉੱਥੋਂ ਫਿਰ ਰਾਜਾ ਜਿਹੜਾ ਘਰੇ ਆ ਜਾਂਦਾ ਹਾਂ ਜੀ ਆ ਕੇ ਤੋਂ ਦੀ ਕਚਹਿਰੀ ਲੱਗ ਜਾਂਦੀ ਏ ਓਕੇ ਉਧਰੋਂ 6 ਮਹੀਨੇ ਪੂਰੇ ਹੋ ਜਾਂਦੇ ਹਾਂਜੀ ਜਦੋਂ 6 ਮਹੀਨੇ ਪੂਰੇ ਹੋਏ ਤਾਂ ਉਹ ਕਹਿੰਦੇ 20 ਲੜਕੀ ਨੂੰ ਬੁਲਾਓ 6 ਮਹੀਨੇ ਪੂਰੇ ਹੋ ਗਏ ਹਾਂਜੀ ਲੜਕੀ ਨੂੰ ਬੁਲਾਇਆ ਗਿਆ ਲੜਕੀ ਹੁਣ ਉਸੇ ਸਾਦੇ ਲਿਬਾਸ ਚ ਗਈ ਜਿਹੜੇ ਜਿਹੜੇ ਕੱਪੜਿਆਂ ਚ ਪਹਿਲਾਂ ਗਈ ਸੀ ਭਗਮੇਲਾ ਤੇ ਜੀ ਰਾਜਾ ਕਹਿੰਦਾ ਬੇਟੀ ਵੀ ਮੈਨੂੰ ਤੁਸੀਂ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਹਿੰਦੇ ਸੀ ਵੀ ਝੂਠ ਮਾਰਨ ਦੇ ਵਿੱਚ ਬਹੁਤ ਸਵਾਦ ਆਉਂਦਾ ਹੈ ਤੇ ਤੁਸੀਂ ਕਦੇ ਝੂਠ ਬੋਲਿਆ ਮੈਨੂੰ ਦੱਸੋ ਤਾਂ ਸਹੀ ਹਾਂਜੀ ਹਾਨੀ ਮਹਾਰਾਜ ਜੀ ਮੈਂ ਤਾਂ ਆਖਿਆ ਸੀ ਵੀ ਝੂਠ ਬੋਲਣ ਦੇ ਵਿੱਚ ਸਵਾਦ ਬਹੁਤ ਆਉਂਦਾ ਹੈ। ਵੀ ਝੂਠ ਦੇ ਨਾਂ ਤੇ 6 ਮਹੀਨੇ ਹੋ ਗਏ। ਤੇਰੇ ਸ਼ਹਿਰ ਦਾ ਜਿਹੜਾ ਅੱਧਾ ਸ਼ਹਿਰ ਹੈ ਇਸ ਚੌਂਪੜੀ ਦੇ ਵਿੱਚ ਦੀ ਹੋ ਹੋ ਕੇ ਲੰਘ ਗਿਆ। ਜੀ ਅੱਧਾ ਸ਼ਹਿਰ ਲੰਘ ਗਿਆ ਅੱਧੇ ਸ਼ਹਿਰ ਨੇ ਝੂਠ ਬੋਲਿਆ। ਹਮ ਵੱਡੇ ਵੱਡੇ ਲੋਕ ਆਏ ਉਹਨਾਂ ਨੇ ਵੀ ਝੂਠ ਬੋਲਿਆ। ਜੀ ਜੇ ਤੇਰਾ ਵਜ਼ੀਰ ਆਇਆ ਤਾਂ ਉਹਨੇ ਵੀ ਝੂਠ ਬੋਲਿਆ। ਹਾਂਜੀ ਜੇ ਤੁਸੀਂ ਆਏ ਤਾਂ ਤੁਸੀਂ ਵੀ ਝੂਠ ਬੋਲਿਆ। ਕੀ ਬਾਤ ਹੈ। ਵੀ ਜੇ ਝੂਠ ਦੇ ਵਿੱਚ ਸਵਾਦ ਸੀ ਕੋਈ ਸੀਗਾ ਤਾਂ ਤੁਸੀਂ ਝੂਠ ਬੋਲਿਆ ਨਹੀਂ ਤੁਸੀਂ ਕਹਿੰਦੇ ਮੈਨੂੰ ਦਰਸ਼ਨ ਨਹੀਂ ਹੋਏਗੇ ਕਿੱਡੀ ਕੀ ਗੱਲ ਸੀ ਇਹ ਕੋਈ। ਇੰਨਾ ਹੀ ਕਹਿਣਾ ਸੀ ਵੀ ਮੈਨੂੰ ਦਰਸ਼ਨ ਨਹੀਂ ਹੋਏਗੇ। ਹਾਂਜੀ। ਸਾਰਾ ਸ਼ਹਿਰ ਲੰਘ ਗਿਆ, ਅੱਧਾ ਸ਼ਹਿਰ ਲੰਘ ਗਿਆ। ਕਿਸੇ ਨੇ ਕਿਸੇ ਨੇ ਉਹ ਨਹੀਂ ਆਖਿਆ ਵੀ ਮੈਨੂੰ ਦਰਸ਼ਨ ਨਹੀਂ ਹੋਏਗੇ ਵੀ ਮੈਂ ਕਿਤੇ ਆਉਣਾ ਕਹਦੇ ਨਹੀਂ ਵੀ ਪਿਓ ਦਾ ਪੋਤਾ ਹੀ ਨਹੀਂ ਇਹ। ਹਾਂ। ਤਾਂ ਮੈਂ ਤਾਂ ਕਹਿੰਨੀ ਆ ਵੀ ਝੂਠ ਬੋਲਣ ਦੇ ਵਿੱਚ ਵੀ ਬਹੁਤ ਸਵਾਦ ਆਉਂਦਾ ਹੈ। ਜੀ। ਇਸ ਤਰ੍ਹਾਂ ਸੀਗਾ ਉਹ ਮਤਲਬ ਚਾਰਾਂ ਲੜਕੀਆਂ ਨੇ ਫਿਰ ਆਪ ਨੂੰ ਆਪਣੇ ਸਿਪਾਹੀਤੀ ਕਰਨ ਦਿੱਤੇ ਜਿਉ ਦਿੱਤਾ ਹਾਂਜੀ ਹਾਂਜੀ ਤਾਂ ਪਰ ਵੈਸੇ ਉਹ ਵੇਖੀ ਜੀ ਆਪਾਂ ਸ਼ਰਾਬ ਵੀ ਮਾੜੀ ਐ ਬਿਲਕੁਲ ਮਾਸ ਖਾਣਾ ਵੀ ਮਾੜਾ ਐ ਜੀ ਗੁਰਬਾਣੀ ਵਿੱਚ ਵੀ ਵਰਜਿਆ ਗਿਆ ਹੈ ਬਿਲਕੁਲ ਸ਼ਰਾਬ ਨੂੰ ਵੀ ਮਾਸ ਨੂੰ ਵੀ ਜੀ ਜੂਏ ਨੂੰ ਵੀ ਤੇ ਆਧਾਰਨਾ ਵੀ ਇਹਨੀਆਂ ਬਹੁਤ ਐ ਹਾਂਜੀ ਝੂਠ ਨੂੰ ਵੀ ਹੈ ਜੀ ਮ ਜੇ ਆਪਾਂ ਦੇਖੀਏ ਗੁਰਬਾਣੀ ਦੇ ਵਿੱਚ ਤਾਂ ਇੱਕ ਥਾਂ ਲਿਖਿਆ ਹੈਗਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਤ ਪੀਤੇ ਮਤ ਦੂਰ ਹੋਵੇ ਮਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੂ ਤੱਕੇ ਖਾਏ ਜਤ ਪੀਤੇ ਖਸਮ ਵਿਸਰੇ ਦਰਗਾ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਜੀ ਜੇਕਾ ਪਾਰ ਵਸਾਏ ਕੀ ਬਾਤ ਗੁਰਬਾਣੀ ਵਿੱਚ ਸ਼ਰਾਬ ਦੇ ਬਾਰੇ ਸਪਸ਼ਟ ਕੀਤਾ ਗਿਆ ਇਹੋ ਜੀ ਸ਼ਰਾਬ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ ਜੀ ਇਹਦੇ ਨਾਲ ਮਤ ਦੂਰ ਹੁੰਦੀ ਹੈ ਇੱਕ ਬਰਲ ਵਿੱਚ ਪਏ ਨਹੀਂ ਤੇੜ ਪੈ ਜਾਂਦੀ ਆਤਮਾ ਤੇ ਪਰਮਾਤਮਾ ਦੇ ਵਿਚਾਲੇ ਜੀ ਉਹਦੇ ਦਰਸ਼ਨ ਨਹੀਂ ਹੁੰਦੇ ਮਾਸ ਦੇ ਬਾਰੇ ਲਿਖਿਆ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੇ ਰਤ ਪੀਵੇ ਮਾਨਸਾ ਤਾਂ ਕੈਸੇ ਨਿਰਮਲ ਚੀਤ ਵੀ ਇਹਦੇ ਨਾਲ ਵੀ ਜਿਹੜੀ ਮਤ ਹੈ ਬਹੁਤ ਵੱਡੀ ਨਲੀਨ ਹੋ ਜਾਂਦੀ ਹੈ ਤਾਂ ਮਾਸ ਵੀ ਨਹੀਂ ਖਾਣਾ ਚਾਹੀਦਾ